अकाली दल टकसाली ने लोकसभा चुनाव को लेकर तैयारियां शुरू कर दी हैं। टकसाली अकाली दल के प्रधान रंजीत सिंह ब्रह्मपुरा ने फाजिलका के सिविल लाइंस गुरुद्वारा में कार्यकर्ताओं से मुलाकात की। सीनियर अकाली नेता गुरजिंदर सिंह गिरवाल ने टकसाली नेताओं की अगवानी की। इस मौके पर 200 से ज्यादा कार्यकर्ताओं के टकसाली दल में शामिल होने का दावा भी किया गया है। रंजीत सिंह ब्रह्मपुरा ने कहा कि अकाली दल एक प्राइवेट लिमिटेड कंपनी बनकर रह गया है। टकसाली अकाली दल की स्थापना पार्टी की गरिमा को बहाल करने के लिए की गई है। उन्होंने कहा कि शेर सिंह गुबाया उनके पुराने साथी है और समय आने पर जरूर उनके साथ आएंगे। आइए इस मौके पर रंजीत सिंह ब्रह्मपुरा ने क्या कहा जरा सुन लेते हैं। 1920 का साडा विधान संविधान श्रोमणी अकाली दल का ਉਹਨੂੰ ਉਹਨਾਂ ਨੇ ਭੁੱਲਿਆ, ਛਿੱਕੇ ਤੇ ਟੰਗ ਦਿੱਤੀਆਂ ਸਾਰੀਆਂ ਮਾਣ ਮਰਜ਼ਾਦਾ ਤੇ ਅਸੂਲ। ਅਸੀਂ ਜਿਹੜੇ ਉਹ ਅਸੂਲ ਛਿੱਕੇ ਤੇ ਉਹਨਾਂ ਨੇ ਟੰਗੇ ਆ ਜਾਂ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਬਦਨਾਮੀ ਕੀਤੀ ਆ ਉਹਨੂੰ ਲਾਂਭੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਹਾਂ ਤੇ ਲਿਆ ਕੇ ਮੁਕੰਮਲ ਸ਼੍ਰੋਮਣੀ ਅਕਾਲੀ ਦਲ ਤੇ ਅਸਲ ਸ਼੍ਰੋਮਣੀ ਅਕਾਲੀ ਦਲ ਬਣਾਵਾਂਗੇ। ਉਹ ਤਾਂ ਹੁਣ ਕੰਪਨੀ ਬਣ ਗਈ, ਇੱਕ ਲਿਮਿਟਿਡ ਕੰਪਨੀ ਆ, ਉਹ ਅਕਾਲੀ ਦਲ ਨਹੀਂ ਹੈਗਾ, ਟੱਬਰ ਦਾ ਬਣਾਇਆ ਵਾ ਦੋ ਝੋਂਪੜਿਆਂ ਦਾ। ਅਸੀਂ ਤਾਂ ਆਪਣੇ ਆਪ ਵੇਖੋ, ਜਦੋਂ ਇਲੈਕਸ਼ਨ ਲੜਾਂਗੇ ਅਸੀਂ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਾਂਗੇ। ਅਸੀਂ ਆ ਕਿਸਾਨਾਂ ਦਾ ਵੇਖੋ ਕਿਤਨਾ ਲੋਕੀ ਸੁਸਾਈਡ ਕਰਨ ਨੇ, ਡੰਗ ਦਾ ਬਹੁਤ ਵੱਡਾ ਮਸਲਾ, ਅਨਇੰਪਲਾਇਮੈਂਟ ਬੜੀ ਆ, ਸਾਰੇ ਮੁੰਡੇ ਜਿਹੜੇ ਆ ਉਹ ਕੈਨੇਡਾ ਨੂੰ ਤੇ ਬਾਹਰ ਭੱਜ ਜਾਂਦੇ ਆ। ਸੋ ਇਸ ਕਰਕੇ ਜਿੰਨੇ ਵੀ ਸਾਰੇ ਮਸਲੇ ਨੇ, ਲੋਕਾਂ ਦੇ ਮਸਲੇ ਨੇ, ਗਰੀਬੀ ਆ, ਅਨਪੜ੍ਹਤਾ ਵਾ, ਇਹ ਸਭ ਕੁਝ, ਐਜੂਕੇਸ਼ਨ, ਹੈਲਥ ਆ, ਇਹ ਸਾਰੇ ਮਸਲੇ ਲਵਾਂਗੇ, ਪੋਲੀਟੀਕਲੀ ਵਿਕਾਸ ਦਾ ਕੰਮ ਕਰਾਂਗੇ, ਪੰਜਾਬ ਨੂੰ ਚੰਗਾ ਪੰਜਾਬ ਬਣਾਵਾਂਗੇ, ਲੁੱਟ ਖਸੁੱਟ ਜਿਹੜੀ ਆ ਉਹਨੂੰ ਬੰਦ ਕਰਾਂਗੇ। ਦੇਖਿਆ ਹੀ ਹੈ ਸਰਦਾਰ ਗੁਰਜਿੰਦਰ ਸਿੰਘ ਜੀ ਜੋ ਸਾਡੇ ਬੜੇ ਸਰਕਾਰ ਜੋ ਐਡਵੋਕੇਟ ਨੇ ਔਰ ਬੜੇ ਪੁਰਾਣੇ ਅਕਾਲੀ ਦਲ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ, ਅੱਜ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਦੇ ਸ਼ਾਮਿਲ ਹੋਏ ਨੇ ਔਰ ਇਹਨਾਂ ਦਾ ਸਨਮਾਨ ਕੀਤਾ, ਇਹਨਾਂ ਦੇ ਸਾਥੀ ਹੋਏ ਨੇ, ਮਿਆਇਆ ਕਿਹਾ ਔਰ ਤਕੜੇ ਹੋ ਕੇ ਇਹਨਾਂ ਨੇ ਕੰਮ ਕਰਨ ਦਾ ਤਿਆਰ ਕੀਤਾ। ਅਸ ਮਿੱਤਰ ਇਹ ਕਾਫੀ ਨੇ, ਨਾਲ ਇਹਨਾਂ ਦੋਸਤ ਵੀ, ਇਹਨਾਂ ਦੇ ਮਿੱਤਰ ਵੀ ਸਾਰੇ। ਕਿਹਦੇ ਲੋਕ ਸ਼ਾਮਿਲ ਹੋਏ ਕੱਲ੍ਹ ਦੇ ਟਕਸਾਲੀ? ਦੋ ਸੌ ਵਰਕ ਕੀਤਾ ਗਿਆ ਟੈਕਸ। ਜਿਹੜੇ ਗਠਬੰਧਨ ਦੀਆਂ ਗੱਲਾਂ ਸਾਰਿਆਂ ਨਾਲ ਹੋਈਆਂ, ਆਪਣੇ ਭਗਵੰਤ ਮਾਨ ਆ ਜੋ ਕੇਜਰੀਵਾਲ ਸਾਹਿਬ ਦੀ ਪਾਰਟੀ ਦੇ ਵਿੱਚ ਆ, ਉਹਨਾਂ ਦੇ ਨਾਲ ਵੀ ਹੋਈ, ਜੋ ਬੈਂਸ ਬ੍ਰਦਰ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ। ਇਸੇ ਤਰ੍ਹਾਂ ਖਹਿਰਾ ਸਾਹਿਬ ਸਤਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਆਪਣੀ ਪਾਰਟੀ ਦੀਆਂ ਪਾਰਟੀ ਬਣਾ ਲਈ ਹੈ, ਉਹਨਾਂ ਨਾਲ ਵੀ ਗੱਲਾਂ ਬਤਾਈਆਂ, ਹੋਰ ਵੀ ਜਿਹੜੇ ਛੋਟੇ ਗਰੁੱਪ ਕਈਆਂ ਨਾਲ ਗੱਲਾਂ ਬਤਾਈਆਂ, ਬੜੀਆਂ ਪੋਜ਼ਿਟਿਵ ਗੱਲਾਂ ਹੋਈਆਂ ਔਰ ਸਾਨੂੰ ਆਸ ਹੈ ਕਿ ਇਹ ਜਿਹੜਾ ਗਠਜੋੜ ਹੈ ਇਹ ਬਣੇਗਾ ਔਰ ਪੰਜਾਬ ਦੇ ਸ਼ਕਤੀਸ਼ਾਲੀ ਗਠਜੋੜ ਬਣੇਗਾ। ਨਹੀਂ, ਭਾਸ਼ਾ ਤਾਂ ਕੋਈ ਨਹੀਂ, ਆਪੋ ਵੀ ਜਿੱਤ ਕਿਸੇ ਦੇ ਖਿਲਾਫ਼ ਨਹੀਂ ਕੋਈ ਬੋਲਦਾ, ਪਰ ਕਾਂਗਰਸ ਦੇ ਖਿਲਾਫ਼ ਬੋਲਦੇ ਨੇ, ਪਾਕਿਸਤਾਨ ਦੇ ਖਿਲਾਫ਼ ਬੋਲਦੇ ਨੇ, ਆਪੋ ਵੀ ਜਿੱਤੀ ਜਿੰਨਾ ਦਾ ਗਠਜੋੜ ਹੋਣ ਦੀ ਸੰਭਾਵਨਾ ਕੋਈ, ਉਹਨਾਂ ਦਾ ਇੱਕ ਦੂਜੇ ਦੇ ਖਿਲਾਫ਼ ਕੋਈ ਨਹੀਂ ਜੀ। ਗੱਲਬਾਤ ਚੱਲਦੀ ਹੈ, ਆਪ ਨਾ ਕਹਿੰਦੇ ਕਿ ਸਾਡੀ ਪਾਰਟੀ ਆਪਣੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਾਡੀ ਆਪਣੀ ਪਾਰਟੀ ਆ, ਇਹ ਅਲਾਇੰਸ ਹੋਏਗਾ ਸਭ ਪਾਰਟੀਆਂ ਦਾ, ਇਹ ਕੋਈ ਇੱਕ ਝੰਡੇ ਥੱਲੇ ਜਾਂ ਇੱਕ ਪ੍ਰਧਾਨ ਥੱਲੇ ਨਹੀਂ, ਇਹ ਤਾਂ ਅਲਾਇੰਸ ਆ ਵੱਖਰੀਆਂ ਮੁੱਖੀਆਂ ਪਾਰਟੀਆਂ ਦਾ ਅਲਾਇੰਸ ਹੋਏਗਾ, ਅਤੇ ਉਹ ਅਲਾਇੰਸ ਜਿਹੜਾ ਵਾ ਉਹ ਅਕਾਲੀ ਦਲ ਬਾਦਲ ਜਿਹੜਾ ਉਹਦੇ ਖਿਲਾਫ਼ ਔਰ ਕਾਂਗਰਸ ਦੇ ਖਿਲਾਫ਼ ਪਾਰਟੀ ਮਿਲਦੀਆਂ। ਅਲਾਇੰਸ 13 ਸੀਟਾਂ ਲੜੇਗਾ, ਲੇਕਿਨ ਜਿਹੜੀਆਂ ਸਾਰਿਆਂ ਨੇ ਸੀਟਾਂ ਤਾਂ ਸਾਰਿਆਂ ਨੇ ਲੜਨੀਆਂ, ਇਸ ਕਰਕੇ ਸੀਟਾਂ ਦੀ ਵੰਡ ਤੋਂ ਬਾਅਦ ਵਿੱਚ ਹੋਏਗੀ, ਫੈਸਲਾ ਕਰਾਂਗੇ, ਉਹ ਤਾਂ ਇਹ ਪਤਾ ਨਹੀਂ। ਜਿਹੜਾ ਗੁਬਾਇਆ ਸਾਹਿਬ ਆ ਉਹ ਹੈ ਤਾਂ ਸਾਡੀ ਪਾਰਟੀ ਦੇ ਬੰਦੇ, ਹਮਦਰਦੀ ਵੀ ਸਾਡੇ ਨਾਲ ਹੀ ਆ, ਪਰ ਉਹ ਅਜੇ ਖੁੱਲ੍ਹ ਕੇ ਕੋਈ ਉਹਨਾਂ ਗੱਲ ਨਹੀਂ ਕੀਤੀ, ਕੁਝ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਸਭ ਕੁਝ ਪੁੱਛਣਾ ਜੀ। ਹੁਣ ਜੀ, ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਹੋਰਾਂ ਨੇ ਜੋ ਇਹ ਪ੍ਰਾਈਵੇਟ ਕੰਪਨੀ ਆ ਇਹਨਾਂ ਨੇ ਕੁਛ ਨਹੀਂ ਕੀਤਾ, ਅਤੇ ਬਾਅਦ ਵਿੱਚ ਉਹਨਾਂ ਨੇ ਵੀ ਆ ਕੇ SIT ਬਣਾ ਤੀ, ਕਮਿਸ਼ਨ ਬਿਠਾ ਤੇ, ਉਹਦਾ ਕਰਕੇ 2 ਸਾਲ ਬਰਬਾਦ ਕਰਦੇ ਆ, ਕਿਸੇ ਬੰਦੇ ਨੂੰ ਕੋਈ ਸਜ਼ਾ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿ ਇਹਨੂੰ ਨਾਮ ਦਿੱਤਾ, ਆ ਹੁਣ ਥੋੜ੍ਹਾ ਜਿਹਾ ਹੋਇਆ ਵਾ, ਜੇਕਰ ਅਜੇ ਇਹ ਵੀ ਨਹੀਂ ਪਤਾ ਵੀ ਰਿਜ਼ਲਟ ਇਹਦਾ ਕੀ ਨਿਕਲੇਗਾ। दोस्तों, वीडियो को लाइक करें, शेयर करें और अपनी राय भी कमेंट बॉक्स में दर्ज कराएं। हमारे चैनल को सब्सक्राइब करके बेल आइकॉन को दबा दें ताकि हमारे हर एक नए वीडियो की जानकारी सबसे पहले आपको मिल सके। धन्यवाद।